ਨਦਰ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਨਵੀਂ ਵੀਡੀਓ ਦੇ ਅੰਦਰ ਤੇ ਅੱਜ ਪਾ ਰਹੇ ਹਾਂ ਆਪਾਂ ਅਚਾਰ ਤੇ ਦੇਖਿਓ ਚਾਰ ਵੀ ਰੱਗ ਵਰਗਾ ਪਿਆ ਇੱਧਰ ਮਿਲੋ ਯਾਰ ਉਸਤਾਦ ਨੂੰ ਜਿਹੜਾ ਤਵਾਈ ਕਰਦਾ ਬੱਲੇ ਤੂੰ ਸਾਜਰ ਸਾਜਰ ਕਿੱਥੇ ਉੱਠ ਗਿਆ ਹੋਰ ਵੀਰ ਕੀ ਹਾਲ ਹੈ ਆ ਦੇਖ ਲੈ ਓਏ ਲਓ ਜੀ ਮੀਂਹ ਪੈਂਦਾ ਅੱਜ ਬਹੁਤ कद्दू हुण देखी जाऊगी गल ओदी सच्ची है कहिंदा मूंगी बीज के कद्दू जरूर करनगे मक्की बीजिया फिर कद्दू करनगे गल पक्की ओदी उस्ताद जी आओ यार उरे नूं आओ यार उस्ताद आ गया उस्ताद तां पहला हाथ लोड आ जा सुना कोई गल बात आ बंदा बाबे हो आ बंदा हो जिन्हें मोड़ा लोड करया जिन्हें अपना मोड़ा लोड करया पी के कहना मेनू नशा दुगना हो गया हां वीर किथे नु खिचा रे फिर तू ट्रैक्टर लोड नहीं आंदा थोड़ा कहां कर ला ट्रैक्टर कहां करा कल दा फणगा बज्या होया पैर च आ चल आ गए ओ तक ट्रैक्टर कहां करी मैं ही करदा ना कोई नहीं आए ना कर मैं आओए ओ बल्ले करदा करदा दुनिया बाजार मंडी पैसे दी बनी देखो बाबे मीह हो गया शुरू फिर अचार पै रहा मशीन लेके आ रहे हैं उस्ताद नहीं जा रहे हैं उधर अपना राइटर लेके लीह ही लीह गारा ही गारा इन्ना पड़ता भी ट्रैक्टर थले लगे खड़ा देखो ट्रैक्टर का हिस्सा सारा थले लग गया ट्राली बहुत औखी चढ़ाई है सिंगल डायरी भी तो उस्ताद जी आ गए सैकटरी साढ़े डायरी वाले कल मेरे फण गए बजे पैर च दो ते देखो मशीन भी थले लग रही है मीह पैंदे च काम औखा है अचार का बहुत औखा काम है अचार का बाबे लो जी होर सुनाओ सारे किदा ते अपना चलदा गारे दे विच काम ते कद्दू भी करना कद्दू देख लो किकना होगा किन्नी किन्नी डूंगी ली है ते देखो बल्ले 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 गारा ही गारा चारों तरफ ओ बहुत है यार बहुत है अचार दे विचों तू आउड़दा होया लीच खड़ जानी है रुक लगने लूट ड्रावर वाले सिस्टम दी पा दे पिन जेडी जगह निकल जानी है किन्ना टूटी जानी यार गारे च कादियां किन्ना पट्टी पे रुक गई है तवाई बहुत वधिया करदा हेमवीर जे किसी ने तवाई करवानी है संपर्क करो मैं नंबर पा दूंगा हेठा देखो इन्नी वधिया तवाई करदा इन्नी वधिया तवाई करदा ते वीर नूं नाल 70 लीटर की कैनी डीजल की हेमवीर आप आऊगा है वीर किन्ने क देर आ गया फुल कर गया फुल तो नहीं होई मैं नहीं अब तो उल्टा ही नहीं चलना था हमने सोचना नहीं तेल ज्यादा लटा नहीं ज्यादा हुए उससे तेल ज्यादा फूट गया उससे ज्यादा लगता है ना चार पड़ता तो खर्चा ही नहीं है ना वीर पता नहीं मूँह लाते हुए उस्ताद नहीं हाथ दे हुए मीह के बच्चे मीह के बच्चे किसी किसी के मूँह चो ही खुशी निकलती है
ਨਹੀਂ ਮੀਂਹ ਦੇਖ ਕੇ ਹੱਸਦਾ ਬੰਦਾ ਘੱਟੇ ਆ ਜੀ ਬੰਦਾ ਟਰਾਲੀ ਤਾਰਦਾ ਮੇਰੇ ਕੈਮਰੇ ਨੂੰ ਦੇਖ ਕੇ ਮੂਵਿੰਗ ਕਰੀ ਜਾਂਦੇ ਆ ਬੰਦੇ ਕੋਈ ਦੇਖ ਕੇ ਮੂਵਿੰਗ ਕਰੀ ਜਾਂਦੇ ਆ ਅਤੇ ਕੱਲ੍ਹ ਹੋਰ ਕੰਮ ਹੋ ਗਿਆ ਸੀਗਾ ਅਤੇ ਹੈਵੀ ਡਰਾਈਵਰ ਬੈਠ ਗਿਆ ਸੀਗਾ ਟਰੈਕਟਰ 'ਤੇ ਹੋਈ ਹੈਵੀ ਡਰਾਈਵਰ ਬੈਠਣ ਕਾਰਨ ਉਹਨੇ ਰੇਸ ਇੰਨੀ ਦਿੱਤੀ ਉਹ ਦੇਖੋ ਗੁੱਸਾ ਉਹ ਉਸਤਾਦ ਨੂੰ ਗੁੱਸਾ ਪੱਕਾ ਪੱਕਾ ਜਿੱਦਣ ਮੇਰੇ ਪਊਗਾ ਉੱਦਣ ਦਾ ਮੈਂ ਗੋਬਰੋ ਐਂ ਪੱਗ ਬੰਨ ਕੇ ਘੁੰਮਣਾ ਵੀ ਦੇਖੋ ਹਜ਼ਾਰ ਪੈ ਰਿਹਾ ਜੱਟ ਦਾ ਪੱਗ ਬੰਨ ਕੇ ਗੋਬਰੋ ਚੱਕ ਕੇ ਐਂ ਖੜਨਾ ਪੱਗ ਬੰਨ ਕੇ ਕੈਮਰਾ ਲੈ ਕੇ ਲਓ ਵੀ ਚਾਰ ਪੈ ਰਿਹਾ ਰੋ ਵੀਰ ਤੇਰੀ ਜੇਬ 'ਚ ਮੈਨੂੰ ਲੋਟ ਨਹੀਂ ਆਉਂਦਾ ਮੈਂ ਪਿੱਛੇ ਨੂੰ ਮੁੜ ਕੇ ਦੋਨੇ ਪਾਸੇ ਨੂੰ ਦੇਖ ਲਿਆ ਵੀਰ ਤਾਰ ਦੇ ਮੈਨੂੰ ਉਹ ਨਹੀਂ ਮਾਹੌਲ ਕਰਨ ਰੋਟੀ ਦਾ ਖਾਣ ਦੇ ਦੇ ਦੋ ਰੋਟੀਆਂ ਖਾਂਦਾ ਤਾਂ ਮੈਂ ਭੁੱਖ ਨਹੀਂ ਬਣਾ ਕੇ ਨਾਲੇ ਲੈ ਕੇ ਆਇਆ ਗਰਮਪੁਰ ਪਾਣੀ ਪੈ ਰਿਹਾ ਇਹਦੇ ਪਰ ਤਾਂ ਹੀ ਤੋ ਉਹ ਉੜਦਾ ਇਹਦਾ ਬਣ ਗਿਆ ਯਾਰ ਥੱਲੇ ਤੈ ਹੋਰ ਤਿੰਨ ਤਰ੍ਹਾਂ ਦੀ ਬਰਫੀ ਆ ਇਹ ਗਬਲੀ ਹੋਰ ਉੱਪਰਲੀ ਹੋਰ ਡੈਰੀ ਦਾ ਸੈਕਟਰ ਕੱਲ ਥੋੜੋ ਦਾ ਪੰਪ ਨਾਲ ਕੱਢਿਆ ਤਾ ਪੰਪ ਸਟਾਰਟ ਕਰਕੇ ਵਿਚੜ ਬੋਲਿਆ ਮੇਰਾ ਫੋਨ ਗਿੱਲਾ ਕਰ ਦੇਣਾ ਯਾਰ ਤਾਂ ਵੀ ਗਿੱਲਾ ਹੋ ਗਿਆ ਗੋਪਰੋ ਦਾ ਪਾਣੀ ਵਾਲਾ ਇਹਦਾ 33 ਫੁੱਟ ਡੂੰਘਾ ਜਾ ਸਕਦਾ ਸਟਾਫ ਗੋਪਰੋ 33 ਫੁੱਟ ਡੂੰਘਾ ਜਾਂਦਾ ਟੋਏ ਪੜ ਦੇਣੇ ਥੱਲੇ ਉਹਨੇ ਆਪ ਹੀ ਨੀ ਤਾਂ ਨਿਕਲਣਾ ਫਿਰ ਟਰਾਲੀ ਤਾਂ ਕਿਆ ਕੱਢਣੀ ਸੀ ਇਹਦੇ ਮਾਰਕ ਵੀ ਜੋਰ ਤੇਰੇ ਟਰੈਕਟਰ ਜੇ ਆ ਉਹ ਵੀਰ ਜੋਰ ਤੇਰੇ ਟਰੈਕਟਰ ਜੇ ਕੱਲ ਮਾਮਾ ਜੀ ਨੇ ਚਲਾਇਆ ਬਿਨਾ ਸੰਗਲ ਦੇ ਆਉਂਦਾ ਦਾ ਉਹ ਕਹਿੰਦਾ ਇਹਨਾਂ ਨੇ ਵੀਡੀਓ ਪਾਈ ਹੈ ਨਾ ਫਾਲ ਟਰੈਕ ਦੀ ਜੋਰ ਤਕਾਉਂਦਾ ਕਹਿੰਦਾ ਦੇਖ ਮੈਂ ਹੜ ਪਿੱਛੇ ਕਹਿੰਦਾ ਪਹਿਲਾਂ ਪੜਿਆ ਵੀਡੀਓ ਕਹਿੰਦਾ ਭਾਕੋ ਲੈ ਪੈਣ ਤੇ ਮੈਨੂੰ ਟਰਾਲੀ ਪਾ ਕਹਿੰਦਾ ਟਰਾਲੀ ਖੋਲ ਕਹਿੰਦਾ ਉਹ ਤੁਸੀਂ ਅੰਦਰ ਬੈਠੇ ਆ ਜੱਟ ਬਾਹਰ ਬੈਠੇ ਆ ਤੁਸੀਂ ਅੰਦਰ ਬੈਠੇ ਆ ਬੱਲੇ ਉਹ ਤੁਹਾਡੇ ਇਹ ਬੰਗਲੇ ਵਾਲੀ ਨਸਲ ਚੋਂ ਆ ਸਾਰਾ ਦਿਨ ਪਾਣੀ 'ਚ ਬੈਠੇ ਰਹਿਣਗੇ ਜਾਂ ਕਿੰਨੀ ਆ ਗਏ ਜਿਹਦੇ ਅੰਦਰ ਨੂੰ ਦੇਖੋ ਬਾਈ ਇਹ ਬਾਈ ਅੰਦਰ ਬੈਠੇ ਰਿਸ਼ਤੇਦਾਰੀ ਜਾ ਓ ਬਾਈ ਸਾਡੇ ਪੈਸੇ ਤੁਸੀਂ ਦੇਣੇ ਆ ਦਿਹਾੜੀ ਚੱਲ ਵੀ ਸਾਡਾ ਮੀਟਰ ਚੱਲਦਾ ਹਰਿੰਦਰ ਪੈਸੇ ਲੈਣੇ ਉਹਨਾਂ ਦੇ ਬਾਈ ਹੌਲੈਂਡ ਆ ਹੌਲੈਂਡ ਕਿੱਥੇ ਛੱਡਦਾ
ਦੇਖ ਲਾ ਫਿਰ ਆਉਂਦਾ ਹੌਲੈਂਡ ਬੁੱਕ ਦਾ ਕਰਾ ਲਈ ਯਾਰ ਦੇਖ ਇਹ ਛਾਲਾ ਮਰਾ ਦੇ ਦੇਖ ਲੈ ਪੀ ਕੱਢਦਾ ਹੌਲੈਂਡ ਦਾ ਦੂਏ ਗੇਅਰ ਤੇ ਉੱਪਰ ਤੀਆ ਗੇਅਰ ਹੀ ਨਹੀਂ ਪੈਂਦਾ ਉਹਦੇ ਕੋਲ ਵਜਨ ਚਾਹੀਦਾ ਉਹਦੇ ਚੱਕਿਆਂ 'ਚ ਵਜਨ ਚਾਹੀਦਾ ਉਹਦੇ ਉਹਦੇ 'ਚ ਵਜਨ ਚੜ੍ਹਦਾ ਉਹਦੇ ਪਰ ਚੱਕਿਆਂ 'ਚ ਵੀ ਚਾਹੀਦਾ ਯਾਰ ਮੈਂ ਟਾਇਰ ਪਾਉਣੇ ਪਾਣੀ ਪਾਉਣਾ ਉਹ ਤੂੰ ਰਹਿਣ ਦੇ ਉਹ ਪਾਣੀ ਪੂਣੀ ਦਾ ਅੱਧੇ ਟਾਇਰ ਉੱਡ ਜਾਣੇ ਤੇਰੇ ਉਹ ਆ ਦੇਖ ਮੇਤੇ ਬਾਅਦ ਤੇ ਕਿੱਥੇ ਲੰਘ ਗਿਆ ਇਹਦਾ ਚਲਾਈ ਵਾਲੇ ਮੇਰੇ ਘੱਟ ਹੋਈ ਹੋਊਗੀ ਬਹੁਤ ਚਲਾਈ ਘੱਟ ਹੋਈ ਆ ਤੂੰ ਤੇਰੇ ਵਾਲੀ ਜੀ ਕਿੰਨਾ ਮਾਡਲ ਆ ਤੇਰੇ ਵਾਲਾ 13 13 ਮਾਡਲ ਆ ਵੀ ਇਹਦਾ ਰੈਟ 2500 ਘੰਟਾ ਚੱਲਿਆ ਸਾਰਾ ਇਹ ਮੈਂ ਕਿਸੇ ਸਾਰਾ ਸਾਲ ਮੇਲੇ ਚ ਨਹੀਂ ਹਾਂ ਨਵਾਂ ਤਾਂ ਟਰੈਕਟਰ ਆ ਬੁੱਧੂ ਬਣਾਈ ਹੁੰਦਾ ਵੀਰ ਗੁੱਡੀ ਤਾਂ ਹਲੇ ਵੀ ਖੜੀ ਆ ਉਹ ਬਰਿੰਦਰ ਵੀਰ ਐਂ ਕਰ ਯਾਰ ਤੇਰੇ ਵਾਲੇ ਚੱਕੇ ਖੋਲ ਕੇ ਇੱਧਰ ਪਾਉਂਦੇ ਆ ਪਾਣੀ ਨਾਲ ਤੂੰ ਆ ਪਵਾ ਲੈ ਯਾਰ ਬਹੁਤ ਫੁੱਦੂ ਬਣਾਈ ਜਾਂਦਾ ਇਹ ਟਾਰਗੇਟ ਬੰਦੇ ਦਾ ਇਹ ਵੀ ਕੋਈ ਰੱਖ ਸਕਦਾ ਆਪਾਂ ਨੇ ਦੂਏ ਲੁੱਟ ਕਰਨਾ ਕੰਪਨੀ ਨੇ ਐਗਰੀਮੈਂਟ ਕਰਿਆ ਵੀ ਕਿੰਨੇ ਘਸਦਿਆਂ ਦਾ ਘਸਾ ਕੇ ਦੇਖਣੇ ਆ ਵੀਰ ਕਹਿ ਵੀਰ ਕਹਿ ਇਹਨੇ ਕਿਹਾ ਕਹਿੰਦਾ ਚਾਰ ਪਵਾ ਕੇ ਬੁਲਾਉਣ ਤੇ ਅੜ ਜਾ ਬੰਦੇ ਨੂੰ ਹੁਣ ਪਿੱਠ ਕਰਦਾ ਦੇਖੋ ਕੀ ਗੱਲ ਪਤਾ ਨੂੰ ਮੂੰਹ ਕਰ ਲਿਆ ਸੀ ਤਾਂ ਫੁੱਦੂ ਆ ਮੇਰਾ ਪਹਿਲਾਂ ਵੀ ਚੱਲੀ ਹੁਣ ਦੇਖੋ ਉਸਤਾਦ ਨੇ ਕਿਹਾ ਹਾਏ ਡਾਲਾ ਨੀ ਲਾ ਤੇ ਸਰਦਾਰ ਕਿਤੇ ਫੁੱਦੂ ਆ ਟਰੈਕਟਰ ਖੜਾ ਰਸਤੇ ਚ ਮਾਮੇ ਨੂੰ ਕਹਿੰਦਾ ਮਾਮਾ ਸੀਰੀਅਸ ਚਲਾਉਂਦਾ ਮੈਨੂੰ ਇੰਨਾ ਪਤਾ ਲਿਫਟ ਨਾ ਜਦ ਟਰੈਕਟਰ ਖੜ ਗਿਆ ਲਿਫਟ ਤੁਹਾਨੂੰ ਪਾਰ ਹੋ ਜਾਊਗਾ ਮਾਮਾ ਇੱਕ ਸੀਰੀਅਸ ਚਲਾਉਂਦਾ ਟਰੈਕਟਰ ਮੁੰਡਾ ਟਰਾਲੀ ਬੈਗ ਲਾਉਂਦਾ ਬਾਬੇ ਉਹ ਦੇਖੋ ਦੇਖ ਲਓ ਜੀ ਫੁੱਦੂ ਆਪਾਂ ਵੀ ਉੱਚੀ ਟੁੱਕ ਲੈਂਦੇ ਹਾਂ ਘਰਾਂ ਹੀ ਲਿਆ ਕੇ ਜੇ ਸਿੰਗਲ ਟਾਇਰਾਂ ਨੂੰ ਜੋ ਆ ਜਾਂਦਾ ਕਹਿਣਾ ਹੈਂ ਹਾਲ ਦੇਖ ਨਹੀਂ ਕਿਆ ਹੋਣਾ ਤੁਹਾਨੂੰ ਮੈਂ ਦੱਸਾਂ ਦੋ ਦਿਨ ਤੱਕ ਕੋਈ ਮੀਂਹ ਨਹੀਂ ਦੋ ਦਿਨ ਤੋਂ ਬਾਅਦ ਮੀਂਹ ਪੈਣਾ ਹੀ ਨਹੀਂ ਗੱਲ 14 ਤਰੀਕ ਦੇ ਬਾਅਦ ਮੀਂਹ ਨਹੀਂ ਹੈਗਾ ਸੰਗਰਾਂਦ ਕਿੱਦਾਂ ਸੰਗਰਾਂਦ ਸੰਗਰਾਂਦ ਤੋਂ ਬਾਅਦ ਮੀਂਹ ਨਹੀਂ ਹੈਗਾ ਸੱਤ ਲਾਦਾ ਮੇਰੇ ਨਾਲ
यार आ गया करता थले लग गया ट्रैक्टर थले लग गया यार वीर गलत कर दे उधर नू जाना था यार पहले एक ता काट ला निकल जाना एडा ट्रैक्टर वाला मेरे वाले का बोधा ट्रैक्टर है सठ पाई बोधा जो ही देखो सठ क्डन आया ओए ओ वीर एडा ट्रैक्टर कितने नु लई आंदा यार पवा दे यार संगल बाई मार आलू वाली मक्की चाहिए यार ये मौसम च चार पौना बहुत गलत गल है यार थले लग गया सारा ही ट्रैक्टर चली इनी डूंगी होगी देख लो तुम पहले पिछे ट्राली वाला पंगा ले बैठा साढ़े नाल बैठे वाले ट्रैक्टर अभी देख लो फद्दूआ नहीं क्या कि तीया नो ला लिया मैं बारी कोई गल नहीं
ਅੱਛਾ ਉਹ ਵੀਰ ਮੈਂ ਰੋਕਿਆ ਥੋੜੀ ਦਾ ਟੋਜਰ ਪਾਉਣਾ ਪੈ ਗਿਆ ਪਾ ਲਈ ਟੋਜਰ ਪਾਉਣਾ ਪੈ ਗਿਆ ਬੈਕ ਆਜੂਗਾ ਇਹਦਾ ਗੱਲ ਹੈ ਜੇ ਰੁਕ ਗਿਆ ਫਿਰ ਤਾਂ ਟੋਜਰ ਨੇ ਵੀ ਨੀ ਕੱਢਣਾ ਅਚਾਰ ਪੈ ਰਿਹਾ ਕਿਸੇ ਜੱਟ ਦਾ ਉਹ ਵੀਰ ਚਾਰ ਪੈ ਰਹੇ ਆ ਦੇਖੋ ਬੰਦੇ ਲੱਗੇ ਹੋਏ ਵਿਚਾਰੇ ਉਹ ਟਰਾਲੀ ਲੱਤ ਹੋ ਰਹੀ ਆ ਤੇ ਆਪਾਂ ਨੇ ਲੈ ਕੇ ਜਾਣੀ ਆ ਘੁੰਮਾ ਕੇ ਦੇਖਿਓ ਕਿੱਦਾਂ ਜਾਂਦਾ ਟਰੈਕਟਰ ਉਹ ਵੀਰ ਤੇ ਹੇਮ ਵੀਰ ਚਾਰ ਹੁਣ ਧੋਣ ਲੱਗਿਆ ਮੌਸਮ ਆ ਡੇਲੀ ਮੀਂਹ ਹੁੰਦਾ ਹੁਣ ਤਾਂ ਦੇਖੋ ਤੁਸੀਂ ਅਤੇ ਦੇਖਦੇ ਹਾਂ ਕਿਆ ਬਣਦਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਕੰਮ ਬਹੁਤ ਔਖਾ ਅਤੇ ਆਈਫੋਨ 13 Pro Max ਵੀਰ ਲਿਫਾਫੇ 'ਚੋਂ ਕੱਢਣ ਲੱਗਿਆ ਫੋਨ ਆ ਗਿਆ ਵੀਰ ਨੂੰ 13 Pro Max ਵੀ ਇਹ ਲਿਫਾਫੇ ਦੇ ਵਿੱਚ ਰੱਖਦਾ ਇਸ ਟਾਈਮ ਮੀਂਹ ਤੋਂ ਵੀ ਡਰਦਾ ਫਾਰਮ ਟਰੈਕ 60 ਜਿਹੜਾ ਹਾਏ ਵੀਰ ਨੇ ਸਾਰਾ ਕੁਛ ਇਹਦਾ ਕਰਿਆ ਪਿਆ ਪੰਪ ਦੀ ਸੈਟਿੰਗ ਕਰੀ ਹੋਈ ਹੈ ਸਾਰੇ ਟੂ Z ਟਾਇਰ ਘੁੰਮਾ ਕੇ ਪਿਆ ਬਿਨਾਂ ਸੰਗਲ ਤੋਂ ਕੱਢ ਲਿਆਉਂਦਾ ਟਰਾਲੀ ਮੇਰੇ ਵਾਲੇ ਯਾਰ ਇਹਦੇ ਚੱਕਰਾਂ ਦਾ ਬਹੁਤ ਫਰਕ ਪੈਂਦਾ ਫਾਰਮ ਟਰੈਕ ਦਾ ਲੈ ਕੇ ਆਉਂਦਾ ਦੇਖਿਓ ਹੱਥ ਧੋਂਦਾ ਉਹ ਯਾਰ ਡਰਾਈਵਰ ਸਾਹਿਬ ਸਾਡੇ ਬੈਠਣ ਲੱਗੇ ਹਾਂ ਟਰੈਕਟਰ 'ਤੇ ਪਹਿਲਾਂ ਇਹ ਰੱਬ ਦਾ ਨਾਂ 'ਤੇ ਆਉਂਦੇ ਆ ਬੈਠ ਕੇ ਟਰੈਕਟਰ 'ਤੇ ਦੇਖਿਓ ਚਲੋ ਜੀ ਦੇਖੋ ਕਿੱਦਾਂ ਜਾਂਦਾ ਟਰੈਕਟਰ ਲੀ ਹਾਂ ਦੇਖੋ ਬਾਰੇ ਦੇ ਵਿੱਚ ਬਹੁਤ ਔਖਾ ਬਾਈ
ਗਾਰਾ ਹੀ ਗਾਰਾ ਆ ਦੇਖੋ ਕਿੰਨੀ ਬੜੀ ਮੀਂਹ ਪੈ ਗਈ ਦੇਖੋ ਬਾਬੇ ਟਰਾਲੀ ਆਪਾਂ ਨੇ ਲਾਉਣੀ ਆ ਸੜਕ ਦੇ ਬੈਕ ਫਿਰ ਜਾਣਾ ਘੁੰਮ ਕੇ ਜਾਂਦੇ ਹਾਂ ਕਿਉਂਕਿ ਲੀਹਾਂ ਬਹੁਤ ਪੈ ਗਈਆਂ ਅਤੇ ਟਰੈਕਟਰ ਟਰਾਲੀ ਥੱਲੇ ਲੱਗ ਜਾਂਦੀ ਆ ਇੰਨੀਆਂ ਲੀਹਾਂ ਪੈ ਗਈਆਂ ਟਰੈਕਟਰ ਟਰਾਲੀ ਥੱਲੇ ਲੱਗਣ ਕਾਰਨ ਬਹੁਤ ਔਖਾ ਹੁੰਦਾ ਤਾਂ ਉਹ ਨਹੀਂ ਦੇਖੋ ਕਿੰਨਾ ਛੱਡਦੇ ਹਾਂ ਟਰੈਕਟਰ ਨੂੰ ਫੁੱਲ ਆਰ ਪੀ ਐੱਮ ਜਿੱਥੇ ਤੱਕ ਸੂਈ ਜਾਂਦੀ ਆ ਉੱਥੇ ਤੱਕ ਲਾ ਦਿੰਦੇ ਸੂਈ ਦੂਜੇ ਪਾਸੇ ਲਾ ਦਿੰਦਾ ਮੋੜ ਕੇ ਉਸਤਾਦ ਆਹ ਟਰਾਲਾ ਸਿੱਟਤਾ ਸੀਗਾ ਕੱਲ੍ਹ ਇਹਨਾਂ ਨੇ ਉਰੇ ਚਲਕ ਕੇ ਗਿਰ ਗਈ ਸੀਗੀ ਟਰਾਲੀ ਟਰਾਲਾ ਦੇਖੇ ਹੁਣ ਜਾਂਦਾ ਪੁੱਤਰਾ ਤਿਆਰੀ ਆ ਲਓ ਜੀ ਇੱਧਰ ਆਪਣੇ ਵਾਲਾ ਖੜਾ ਇਹ ਤੁਰਦਾ ਨਹੀਂ ਹੈਗਾ ਦੇਖੋ ਡਰੋਨ ਵੱਜਿਆ ਅਚਾਰ ਨੂੰ ਅਤੇ ਮੀਂਹ ਦੇ ਵਿੱਚ ਅਚਾਰ ਦਾ ਕੰਮ ਬਹੁਤ ਔਖਾ ਹੈ ਇੰਨਾ ਜ਼ਿਆਦਾ ਔਖਾ ਕਹਿ ਦਿੰਦੇ ਹਾਂ ਬਹੁਤਾ ਔਖਾ ਦੇਖੋ ਗੱਡੀ ਮੀਂਹ ਪੈ ਗਈ ਉਹ ਟਰੈਕਟਰ ਥੱਲੇ ਲੱਗ ਗਿਆ ਟਰਾਲੀ ਫਿਰ ਵੀ ਖਿੱਚ ਕੇ ਲਿਆਉਂਦਾ ਆਹ ਦੇਖੋ ਗਾਰਾ ਹੀ ਗਾਰਾ ਇੰਨਾ ਗੱਟ ਖਾਨਾ ਗਾਰਾ ਹੋ ਗਿਆ ਗੱਟ ਖਾਨਾ ਗਾਰੇ ਨੂੰ ਕਹਿਣਾ ਮੈਂ ਗਾਰਾ ਦੇਖੋ ਕਿੰਨਾ ਹੋ ਗਿਆ ਬਾਈ ਉਹ ਬੱਲੇ 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 ਬੱਦਲ ਬਾਈ ਵਾਲਾ ਮੌਸਮ ਆ ਪੂਰਾ ਏ ਟੂ ਜੈਡ ਦੇਖੋ ਬੱਦਲ ਕਿੰਨੇ ਆ ਅਤੇ ਬਰਸਾਤ ਮੀਂਹ ਪੈ ਰਿਹਾ ਦੋ ਤਿੰਨ ਦਿਨ ਹੋ ਗਏ ਲਗਾਤਾਰ ਚੈਗਲ ਹੀ ਚੈਗਲ ਹੋ ਗਈ ਖੇਤ ਦੇ ਵਿੱਚ ਕੱਦੂ ਕਿੱਕਣਾ ਹੋਊਗਾ ਦੇਖ ਸਕਦੇ ਤੁਸੀਂ ਕੱਦੂ ਬਹੁਤ ਔਖਾ ਨਾ ਲੀਹਾਂ ਹੀ ਲੀਹਾਂ ਉਹ ਦੇਖੋ ਖੜ੍ਹਾ ਨਿਊ ਹੋਲੈਂਡ 36 ਦੀ ਇੱਧਰ ਜਾ ਰਹੇ ਫਾਰਮ ਟਰੈਕ ਘੱਟ ਵੱਜਣਾ ਉਰੇ ਇੰਨੀਆਂ ਡੂੰਘੀਆਂ ਹੋ ਗਈਆਂ ਦੇਖੋ ਦੇਖੋ ਕਿੰਨੀਆਂ ਲੀਆਂ ਪੈ ਗਈਆਂ ਦਿਖਾਉਣਾ ਤੁਹਾਨੂੰ ਪਿਆਰ ਦਾ ਕੰਮ ਕਿੰਨਾ ਔਖਾ ਰੋਗਲਾ ਵੀ ਰੋਗਲਾ ਹਾਂ ਰੋਗਲਾ ਹਾਂ ਹਾਂ ਪਾਲਾ ਫਿਰ ਪਾਲਾ ਪਾ ਦੇ ਟੋਜਨ ਪਾਉਣਾ ਨਿਕਲੂਗਾ ਨਹੀਂ ਨਿਊ ਹੋਲੈਂਡ ਬਾਈ ਤੁਰ ਪਿਆ ਬਸ ਰੋਕ ਲਾ ਖੜ ਗਿਆ ਬਸ ਹਾਂ ਰੁਕ ਗਿਆ ਉਹ ਸ਼ਾਇਦ ਨਿਕਲ ਗਿਆ ਚੱਲ ਲਿਫਟ ਲਾ ਲਾ ਲਿਫਟ ਬਸ ਖੜ ਗਿਆ ਤੂੰ ਆ ਜਾ ਯਾਰ ਪੱਟੀ ਲਾਉਂਦਾ ਹੀ ਨਹੀਂ ਯਾਰ ਕਿਆ ਕਹੀ ਜਾਂਦੇ ਆਏ ਆ ਫਲਾਣਾ ਇੱਥੇ ਕਿਸੇ ਦਾ ਬਸ ਨਹੀਂ ਚੱਲਦਾ ਕਿਸੇ ਦਾ ਵੀ ਇਹਦਾ ਨੇ ਆ ਕੇ ਆਏ ਲੈ ਜੂ ਕੁਛ ਨਹੀਂ ਕਿਸੇ ਦਾ ਬਸ ਨਹੀਂ ਚੱਲਦਾ ਚਾਹੇ 4x4 ਲਿਆਓ
ਉਹ ਕੱਢ ਲੈ ਇਹਨੂੰ ਕੱਢ ਲਾ ਆਹਾ ਬਿਨਾਂ ਟੋਜਨ ਤੇ ਲੈ ਕੇ ਜਾਂਦਾ ਬਾਈ ਬਿਨਾਂ ਟੋਜਨ ਤੇ ਨਿਊ ਹਾਲੈਂਡ ਨਹੀਂ ਜਾਂਦਾ ਮੈਂ ਮੰਨਦਾ ਬਾਈ ਮੈਂ ਮੰਨਦਾ ਅਮਰਿੰਦਰ ਵੀਰ ਹੈਗਾ ਗੋੜਾ ਹੈਗਾ ਉਹ ਯਾਰ ਕੱਢ ਲਾ ਹੁਣ ਬਾਈ ਬਿਨਾਂ ਰੇ ਐਡਾ ਟਰੈਕਟਰ ਆ ਸਾਲਾ ਛੱਤੀ ਦੀ ਬੈਠ ਯਾਰ ਵੀਰ ਜਾ ਕੇ ਬੰਦ ਕਰ ਇਹਨੂੰ यार हद हो गई यार असि अर्जन कढ लिया यार वीर मीडियम ला जी उस्ताद बैठ गया सीट कर ली पिछे उस्ताद कैड़ा है भाई कैड़ा है सारे का कद्दू एक करके फिर बट लगनी है वीर जोर हैगा मैं मन गया मैं मन गया भाई ड्राइवर भी हैगा तगड़ा न्यू हॉलैंड च जोर बहुत है चल रहा काम कार करते हैं फिर वीडियो बंद तो मिलते हैं अपना नैक्सट वीडियो के अंदर नैक्सट ब्लॉग के अंदर देख देखो कि डूंगा हो गया खेती तो है कि फर्क पै गया इन ट्रैक्टर ने पट्टा बिच करते हैं फिर वीडियो बंद तो ओके बाय बाय सारे मिलते हैं नैक्सट वीडियो के अंदर रख रहे हैं कैमरे को।
ਬਾਏ ਬਾਏ ਸਾਰਿਆਂ ਨੂੰ, ਕਰਦੇ ਹਾਂ ਕੰਮ ਕਾਰ, ਓਕੇ ਬਾਏ ਬਾਏ।